ਪੰਜਾਬ ਦੀ ਭਗਵੰਤਮਾਨ ਦੀ ਸਰਕਾਰ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਰਵਿੰਦ ਕੇਜਰੀਵਾਲ ਦੇ ਪੀਏ ਨੇ ਦਖਲ ਦਿੱਤੀ ਤਾਂ ਹੁਣ ਅਰਵਿੰਦ ਕੇਜਰੀਵਾਲ ਦੇ ਚਹੇਤੇ ਅਫਸਰ ਅਰਵਿੰਦ ਮੋਦੀ ਦਖਲ ਦੇ ਰਹੇ ਨੇ ਬੀਤੇ ਦਿਨ ਜੋ ਮੀਟਿੰਗ ਹੋਈ ਸੀ ਇਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਕਾਫੀ ਨਰਾਜ਼ ਚੱਲ ਰਹੇ ਨੇ ਕਿਉਂਕਿ ਕੇਜਰੀਵਾਲ ਦੇ ਖਾਸਮ ਖਾਸ ਅਫਸਰ ਨੇ ਕੁਝ ਸ਼ਰਤਾਂ ਹੀ ਅਜਈਆਂ ਰੱਖ ਦਿੱਤੀਆਂ ਕਿ ਜਿਸ ਨੂੰ ਮਨਜ਼ੂਰ ਕਰਨਾ ਪੰਜਾਬ ਸਰਕਾਰ ਦੇ ਲਈ ਪੰਜਾਬ ਦੇ ਮੰਤਰੀਆਂ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਦੇ ਲਈ ਮੁਸ਼ਕਲ ਹੈ ਜਾਂ ਫਿਰ ਸੋਖਾ ਵੀ ਨਹੀਂ ਹੈ ਕਿਉਂਕਿ ਕੁਝ ਸ਼ਰਤਾਂ ਹੀ ਅਜਹੀਆਂ ਰੱਖੀਆਂ ਗਈਆਂ ਸੀ ਤਾਂ ਇਸ ਤੋਂ ਹੁਣ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੰਗ ਆ ਗਏ ਹੈ ਤੇ ਇੰਨੇ ਖਾਸੇ ਤੰਗ ਆ ਗਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਅਜਿਹੇ ਹਾਲਾਤ ਬਣਦੇ ਹੈ ਤੇ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਉਹ ਆਪਣੇ ਅਸਤੀਫੇ ਦੀ ਪੇਸ਼ਕਸ਼ ਵੀ ਕਰ ਸਕਦੇ ਨੇ ਪਰ ਫਿਲਹਾਲ ਹਾਲ ਦੀ ਘੜੀ ਅਰਵਿੰਦ ਮੋਦੀ ਦੀ ਕਾਰਗੁਜ਼ਾਰੀ ਤੋਂ ਵਿੱਤ ਮੰਤਰੀ ਹਰਪਾਲ ਚਿਮਾ ਤੰਗ ਹੈ ਪਰੇਸ਼ਾਨ ਹੈ ਤੇ ਆਪਣੇ ਅਸਤੀਫੇ ਦੀ ਪੇਸ਼ਕਸ਼ ਆਉਣ ਵਾਲੇ ਦਿਨਾਂ ਚ ਕਰ ਸਕਦੇ ਜੇਕਰ ਅਜਿਹੀਆਂ ਹੀ ਸ਼ਰਤਾਂ ਅਜਿਹੀ ਕੰਡੀਸ਼ਨਾਂ ਸਰਕਾਰ ਦੇ ਉੱਪਰ ਬਣਾਈ ਰੱਖੀਆਂ ਦਰਸਲ ਕੀ ਹੁੰਦਾ ਕਿ ਜਿਹੜੇ ਅਰਵਿੰਦ ਮੋਦੀ ਹੈ ਇਹ ਅਰਵਿੰਦ ਕੇਜਰੀਵਾਲ ਦੇ ਖਾਸਮ ਖਾਸ ਇਹਨਾਂ ਨੇ ਅਮਰੀਕਾ ਤੋਂ ਫਾਈਨਾਂਸ ਦੀ ਪੜ੍ਹਾਈ ਕੀਤੀ ਹੈ ਐਕਸਪੀਰੀਅੰਸ ਲਿਆ ਇਸ ਤੋਂ ਤਾਂ ਕਿ ਕੇਂਦਰ ਦੇ ਵਿੱਚ ਬੀਜੇਪੀ ਦੇ ਨਾਲ ਵੀ ਇਹਨਾਂ ਨੇ ਕੰਮ ਕੀਤਾ ਹੈ ਅਰਵਿੰਦ ਕੇਜਰੀਵਾਲ ਦੇ ਇੱਕ ਖਾਸ ਬਣ ਜਾਂਦੇ ਆ ਤੇ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਇਹਨਾਂ ਨੂੰ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਦੇ ਅੰਦਰ ਵਿੱਤ ਮੰਤਰਾਲੇ ਦਾ ਸਲਾਹਕਾਰ ਬਣਾ ਦਿੰਦਾ ਉਸ ਤੋਂ ਬਾਅਦ ਕੀ ਹੁੰਦਾ ਜਦੋਂ ਸਲਾਹਕਾਰ ਨਿਊਟ ਕਰ ਦਿੱਤਾ ਜਾਂਦਾ ਤਾਂ ਇਹਨਾਂ ਨੂੰ ਕੈਬਨਿਟ ਰੈਂਕ ਦੇ ਦਿੱਤਾ ਜਾਂਦਾ ਹੈ ਕਹਿਣ ਦਾ ਭਾਵ ਇਹ ਹੈ ਕੈਬਨਿਟ ਰੈਂਕ ਦੇਣ ਦਾ ਮਤਲਬ ਇਹ ਹੈ ਕਿ ਜਿੰਨੀਆਂ ਪਾਵਰਾਂ ਜਿੰਨੀ ਸਿਕਿਉਰਿਟੀ ਜਿੰਨੀਆਂ ਗੱਡੀਆਂ ਇੱਕ ਮੰਤਰੀ ਦੇ ਕੋਲ ਹੋਣਗੀਆਂ ਜਿੰਨੀਆਂ ਵਿੱਤ ਮੰਤਰੀ ਹਰਪਾਲ ਚੀਮਾ ਦੇ ਕੋਲ ਸਿਕਿਉਰਿਟੀ ਹੋਏਗੀ ਗੱਡੀਆਂ ਹੋਣਗੀਆਂ ਕਾਫਲਾ ਹੋਏਗਾ ਸਹੂਲਤਾਂ ਹੋਣਗੀਆਂ ਉਨੀਆਂ ਹੀ ਸਹੂਲਤਾਂ ਅਰਵਿੰਦ ਮੋਦੀ ਦੇ ਕੋਲ ਹੋਣੀਆਂ ਤੇ ਹੁਣ ਬੀਤੇ ਦਿਨ ਪੰਜਾਬ ਭਵਨ ਦੇ ਵਿੱਚ ਇੱਕ ਮੀਟਿੰਗ ਹੁੰਦੀ ਹੈ ਫਾਈਨਾਂਸ ਵਿਭਾਗ ਦੀ ਪੰਜਾਬ ਦੇ ਤਾਂ ਉਸ ਤੇ ਵਿੱਚ ਜੋ ਜੋ ਕੰਡੀਸ਼ਨਾਂ ਦਸੀਆਂ ਗਈਆਂ ਅਰਵਿੰਦ ਕੇਜਰੀਵਾਲ ਦੇ ਇਸ ਖਾਸ ਅਫਸਰ ਨੇ ਅਰਵਿੰਦ ਮੋਦੀ ਨੇ ਸਭ ਤੋਂ ਪਹਿਲਾਂ ਕਿਹਾ ਸੀ ਕਿ ਤੁਸੀਂ ਬਿਜਲੀ ਜਿਹੜੀ ਹੈਗੀ ਐ ਉਹ ਸਹੀ ਤਰੀਕੇ ਦੇ ਨਾਲ ਬਿਜਲੀ ਫ੍ਰੀ ਸਕੀਮ ਨਹੀਂ ਬਣ ਰਹੀ ਤੁਸੀਂ ਇਸ ਨੂੰ ਜਾਂ ਤਾਂ ਬੰਦ ਕਰ ਦਿਓ ਜਾਂ ਤਾਂ ਫਿਰ ਇਸ ਦੇ ਵਿੱਚ ਕਟੌਤੀ ਕਰਕੇ 200 ਯੂਨਿਟ ਕਰ ਦਿਓ ਫਿਰ ਉਸ ਤੋਂ ਬਾਅਦ ਕਿਹਾ ਗਿਆ ਕਿ ਪੈਨਸ਼ਨਰ ਜਿਹੜੇ ਪੰਜਾਬ ਦੇ ਹੈਗੇ ਨੇ ਪੰਜਾਬ ਸਰਕਾਰ ਦੇ ਮੁਲਾਜ਼ਮ ਰਿਟਾਇਰ ਜਿਹੜੇ ਹੈਗੇ ਆ ਇਹਨਾਂ ਦੀਆਂ ਪੈਨਸ਼ਨਾਂ ਦੇ ਉੱਪਰ ਜ਼ਿਆਦਾ ਖਰਚਾ ਹੋ ਰਿਹਾ ਇਹਨਾਂ ਦੀ ਜਾਂਚ ਕਰਾਓ 25000 ਦੇ ਕਰੀਬ ਜੇ ਰਿਟਾਇਰ ਆਫ ਮੁਲਾਜ਼ਮ ਹੈਗੇ ਹੈ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਪੈਨਸ਼ਨ ਲੈ ਰਹੇ ਨੇ ਇਸ ਦੀ ਜਾਂਚ ਕਰੋ ਇਸ ਤੋਂ ਬਾਅਦ ਇਸ ਨੂੰ ਰੋਕੋ ਫਿਰ ਉਸ ਤੋਂ ਬਾਅਦ ਕਿਹਾ ਗਿਆ ਕਿ ਆਰਤੀਆਂ ਦੇ ਉੱਪਰ ਆਰਤੀਆਂ ਨੂੰ ਜੋ ਮੁਨਾਫਾ ਹੁੰਦਾ ਹੈ ਇਸ ਦੇ ਉੱਪਰ 18% ਜੀਐਸਟੀ ਠੋਕ ਦਿਓ ਆਰਤੀਆਂ ਤੋਂ ਬਾਅਦ ਫਿਰ ਕਿਹਾ ਗਿਆ ਕਿ ਪਲਾਟ ਖਰੀਦ ਫਰੋਖਤ ਕਰਨ ਯਾਨਕਿ ਵੇਚਣਾ ਜਾਂ ਫਿਰ ਖਰੀਦਣਾ ਪਲਾਟ ਉਸ ਦੇ ਵਿੱਚ ਜੋ ਮੁਨਾਫਾ ਹੋਏਗਾ ਉਸ ਦੇ ਉੱਪਰ ਵੀ 18% ਜੀਐਸਟੀ ਲਗਾ ਦਿਓ ਇੰਨਾ ਸਾਰੇ ਤਮਾਮ ਹਦਾਇਤਾਂ ਤੋਂ ਬਾਅਦ ਜੋ ਬਿੱਤੇ ਦਿਨ ਸਥਿਤੀ ਬਣੀ ਸੀ ਤਾਂ ਹਰਪਾਲ ਚੀਮਾ ਮੀਟਿੰਗ ਦੇ ਅੰਦਰ ਹੀ ਕਾਫੀ ਗੁੱਸੇ ਦੇ ਵਿੱਚ ਨਜ਼ਰ ਆਏ ਸੀ ਕਾਫੀ ੜਕੇ ਹੋਏ ਸੀ ਗਰਮ ਹੋਏ ਪਏ ਸੀ ਤੇ ਤਲਖ ਜਿਹੜੀ ਸੀ ਅੰਦਰੋਂ ਅੰਦਰੀਓ ਘੁੱਟ ਰਹੇ ਸੀ ਕਿਉਂਕਿ ਜ਼ੁਬਾਨ ਦੇ ਉੱਪਰੋਂ ਲੈ ਕੇ ਨਹੀਂ ਸੀ ਆ ਸਕਦੇ ਉਸ ਅਫਸਰ ਨੂੰ ਕੁਝ ਕਹਿ ਨਹੀਂ ਸੀ ਸਕਦੇ ਕਿਉਂਕਿ ਉਹ ਅਰਵਿੰਦ ਕੇਜਰੀਵਾਲ ਦਾ ਚਹੇਤਿਆਂ ਚੋਂ ਇੱਕ ਸੀ ਇਸ ਕਰਕੇ ਹੁਣ ਇਸ ਮੰਤਰੀ ਦੇ ਕੋਲ ਹਰਪਾਲ ਚੀਮਾ ਦੇ ਕੋਲ ਕੋਈ ਹੋਰ ਰਾਏ ਜਾਂ ਹੋਰ ਕੋਈ ਰਾ ਨਹੀਂ ਹੈ ਜਾਂ ਫਿਰ ਕੋਈ ਹੋਰ ਸਲਾਹ ਇਹਨਾਂ ਨੂੰ ਨਹੀਂ ਮਿਲ ਸਕਦੀ ਇਸ ਕਰਕੇ ਇਹਨਾਂ ਤੋਂ ਇੱਕ ਹੀ ਵਿਕਲਪ ਬਚਿਆ ਕਿ ਆਪਣਾ ਆਉਣ ਵਾਲੇ ਸਮੇਂ ਦੇ ਵਿੱਚ ਅਸਤੀਫੇ ਦੀ ਪੇਸ਼ਕਸ਼ ਕਰ ਸਕਦੇ ਨੇ ਹਾਲਾਂਕਿ ਦੂਸਰੇ ਪਾਸੇ ਅਰਵਿੰਦ ਕੇਜਰੀਵਾਲ ਦੋ ਪੰਜਾਬ ਦੇ ਮੰਤਰੀਆਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦੇਣ ਜਾ ਰਹੇ ਨੇ ਉਹਨਾਂ ਦੇ ਵਿੱਚ ਇੱਕ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਹੈ ਪਰ ਚੀਮਾ ਦੇ ਉੱਪਰ ਜੋ ਬੰਦਾ ਬਿਠਾ ਦਿੱਤਾ ਗਿਆ ਅਰਵਿੰਦ ਮੋਦੀ ਉਹ ਕੰਮਕਾਜ ਦੇ ਵਿੱਚ ਦਖਲ ਦੇ ਰਿਹਾ ਪੰਜਾਬ ਦੇ ਵਿੱਚ ਅਜਹੀਆਂ ਕੰਡੀਸ਼ਨਲ ਲੈ ਕੇ ਆਉਣ ਦੇ ਲਈ ਅਜਹੀਆਂ ਸਕੀਮਾਂ ਬੰਦ ਕਰਨ ਦੇ ਲਈ ਪ੍ਰਸਤਾਵ ਦੇ ਰਿਹਾ ਪੰਜਾਬ ਸਰਕਾਰ ਨੂੰ ਜਿਸ ਦੇ ਨਾਲ ਲੋਕ ਭੜਕ ਜਾਣਗੇ ਪੰਜਾਬ ਸਰਕਾਰ ਦੇ ਖਿਲਾਫ ਕਿਉਂਕਿ ਜੇਕਰ ਆਰਤੀਆਂ ਦੇ ਉੱਪਰ 18% GST ਠੋਕ ਦਿੱਤਾ ਗਿਆ ਤਾਂ ਸਿੱਧਾ-ਸਿੱਧਾ ਜਿਹੜਾ ਹੈ ਆਰਤੀ ਤੇ ਨਾਲ ਦੀ ਨਾਲ ਕਿਸਾਨ ਵਰਗ ਜਿਹੜਾ ਉਹ ਧਰਨੇ ਤੇ ਆ ਜਾਏਗਾ ਤੇ ਉਸ ਤੋਂ ਬਾਅਦ ਜੇਕਰ ਪੰਜਾਬ ਦੇ ਵਿੱਚ ਬਿਜਲੀ ਦੇ ਉੱਪਰ ਦਿੱਤੀ ਜਾਂਦੀ ਸਬਸਿਡੀ ਬੰਦ ਕਰ ਦਿੱਤੀ ਜਾਂਦੀ ਹੈ ਜਾਂ ਫਿਰ ਇਸ ਦੇ ਵਿੱਚ ਕਟੌਤੀ ਕਰ ਦਿੱਤੀ ਜਾਂਦੀ ਹੈ ਤਾਂ ਵਿਰੋਧੀ ਧਿਰਾਂ ਪੰਜਾਬ ਸਰਕਾਰ ਨੂੰ ਘੇਰਣਗੀਆਂ ਇਹ ਜਿਹੜਾ ਪੰਜਾਬ 'ਚੋਂ ਹੁਣ ਮਾਲੀਆ ਇਕੱਠਾ ਕਰਨਾ ਜਾਂ ਮਾਲੀਆ ਇਕੱਠਾ ਕਰਨ ਦੀਆਂ ਤਜਵੀਜ਼ਾਂ ਦਿੱਤੀਆਂ ਜਾ ਰਹੀਆਂ ਆ ਪੰਜਾਬ ਸਰਕਾਰ ਨੂੰ ਇਸ ਦਾ ਇੱਕ ਕਾਰਨ ਹੈ ਜੋ ਸਾਨੂੰ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਛਿੜੀ ਹੋਈ ਹੈ ਜਾਂ ਇੱਕ ਚਰਚਾ ਦਾ ਵਿਸ਼ਾ ਵੀ ਹੈਗਾ ਤੇ ਉਸ ਦੇ ਵਿੱਚ ਇਹ ਦੱਸਿਆ ਗਿਆ ਕਿ ਦਰਅਸਲ ਜੋ ਪੰਜਾਬ ਦੇ ਵਿੱਚ ਟੈਕਸ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਨਵੇਂ ਟੈਕਸ ਇਸ ਦਾ ਇਹ ਹੈ ਕਿ ਜੋ ਮਾਲੀਆ ਇਕੱਠਾ ਹੋਏਗਾ ਜਾਂ ਮਾਲੀਆ ਮਤਲਬ ਜੋ ਪੈਸਾ ਇਕੱਠਾ ਹੋਏਗਾ ਇਸ ਟੈਕਸ ਦੇ ਰਾਹੀਂ ਉਸ ਨੂੰ ਦਿੱਲੀ ਦੀਆਂ ਚੋਣਾਂ ਦੇ ਵਿੱਚ ਖਰਚ ਕੀਤਾ ਜਾਏ ਕਿਉਂਕਿ ਫਰਵਰੀ ਦੇ ਵਿੱਚ ਉੱਥੇ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਦਿੱਲੀ ਦੇ ਵਿੱਚ ਅਜਿਹੇ ਦੇ ਵਿੱਚ ਪਾਰਟੀ ਨੂੰ ਫੰਡ ਜ਼ਰੂਰੀ ਹੈ ਬੀਤੇ ਦਿਨ ਅਸੀਂ ਇੱਕ ਰਿਪੋਰਟ ਵੀ ਕੀਤੀ ਸੀ ਇਸ ਦਾ ਡਿਸਕ੍ਰਿਪਸ਼ਨ ਦੇ ਵਿੱਚ ਵੀ ਮੈਂ ਲਿੰਕ ਪਾ ਦਿੱਤਾ ਹੈ ਉਸ ਦੇ ਵਿੱਚ ਇਹ ਦੱਸਿਆ ਗਿਆ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਕੇਜਰੀਵਾਲ ਇਸ ਕਰਕੇ ਨਾਰਾਜ਼ ਹੋ ਗਏ ਕਿ ਇਹਨਾਂ ਨੇ ਪੰਜਾਬ ਤੋਂ ਫੰਡ ਜਿਹੜਾ ਹੈ ਉਹ ਦਿੱਲੀ ਨਹੀਂ ਦਿੱਤਾ ਆਮ ਆਦਮੀ ਪਾਰਟੀ ਨੂੰ ਨਹੀਂ ਦਿੱਤਾ ਕਹਿਣ ਦਾ ਭਾਵ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦਾ ਪੈਸਾ ਦਿੱਲੀ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਨਹੀਂ ਪਾਇਆ ਫੰਡ ਨਹੀਂ ਦਿੱਤੇ ਹੋਰ ਸਹੂਲਤਾਂ ਨਹੀਂ ਦਿੱਤੀਆਂ ਇਸ ਕਰਕੇ ਜੋ ਅਰਵਿੰਦ ਕੇਜਰੀਵਾਲ ਹੈ ਮੁੱਖ ਮੰਤਰੀ ਭਗਵੰਤ ਮਾਨ ਤੋਂ ਨਰਾਜ਼ ਚੱਲ ਰਹੇ ਨੇ ਤਾਂ ਹੁਣ ਅਰਵਿੰਦ ਮੋਦੀ ਜੋ ਸਲਾਹਕਾਰ ਹੈ ਵਿੱਤ ਵਿਭਾਗ ਦੇ ਇਹਨਾਂ ਨੇ ਇੱਕ ਨਵਾਂ ਹੀ ਜੱਬ ਖੜਾ ਕਰ ਦਿੱਤਾ ਹੈ ਪੰਜਾਬ ਸਰਕਾਰ ਦੇ ਲਈ ਤੇ ਇਸ ਦੇ ਲਈ ਹੁਣ ਹਰਪਾਲ ਚੀਮਾ ਦੇ ਕੋਲ ਵਿਕਲਪ ਹੀ ਹੈ ਤੇ ਜੋ ਜਾਣਕਾਰੀ ਮਿਲੀ ਹੈ ਸੂਤਰਾਂ ਦੇ ਹਵਾਲੇ ਤੋਂ ਕਿ ਫਾਈਨਾਂਸ ਵਿਭਾਗ ਦੇ ਜੋ ਸੂਤਰ ਹੈ ਇਹਨਾਂ ਤੋਂ ਜਾਣਕਾਰੀ ਮਿਲੀ ਹੈ ਕਿ ਹਰਪਾਲ ਚੀਮਾ ਪੂਰੀ ਤਰ੍ਹਾਂ ਦੇ ਨਾਲ ਨਰਾਜ਼ ਹੈ ਜੋ ਅਰਵਿੰਦ ਮੋਦੀ ਨੇ ਸਲਾਹਾਂ ਦਿੱਤੀਆਂ ਆ ਉਹ ਬਿਲਕੁਲ ਗਲਤ ਐ ਉਹ ਮੰਨੀਆਂ ਨਹੀਂ ਜਾਣਗੀਆਂ ਜੇਕਰ ਮੰਨੀਆਂ ਨਹੀਂ ਜਾਣਗੀਆਂ ਤਾਂ ਕਾਰਵਾਈ ਵਿੱਤ ਮੰਤਰੀ ਦੇ ਉੱਪਰ ਹੋਏਗੀ ਜੇਕਰ ਮੰਨੀਆਂ ਜਾਂਦੀਆਂ ਤਾਂ ਫਿਰ ਪੰਜਾਬ ਜਿਹੜਾ ਹੈ ਉਹ ਵਿੱਤ ਮੰਤਰੀ ਦੇ ਵਿਰੋਧੀ ਹੋ ਜਾਏਗਾ ਇਸ ਕਰਕੇ ਇੱਕ ਹੀ ਰਾਹ ਬਚਦਾ ਹੈ ਕਿ ਤੁਸੀਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਵਿਹਲੇ ਹੋ ਜਾਓ